ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਝੁੱਗੀਆਂ ਜਹਾਜਗੜ ਜੋ ਜਮਰੰਗ ਰੋਡ ਤੇ ਹੈ, ਔਰ ਇਸ ਜਮਰੰਗ ਰੋਡ ਤੇ ਜੋ ਝੁੱਗੀਆਂ ਨੇ, ਇਹਨਾਂ ਵਾਸਤੇ ਅੱਜ ਲੰਗਰ ਜਿਹੜਾ ਹੈ ਲੈ ਕੇ ਆਏ ਹਨ। ਔਰ ਇਹਨਾਂ ਝੁੱਗੀਆਂ ਦੇ ਵਿੱਚੋਂ ਟੈਲੀਫੋਨ ਗਿਆ ਸੀ ਕਿ ਮਹਿਨੀਆ ਸਾਹਿਬ ਜੋ ਸੈਨੀਟੇਸ਼ਨ ਵਿਭਾਗ ਜਲ ਸਪਲਾਈ ਯੂਨੀਅਨ ਦੇ ਪ੍ਰਧਾਨ ਹਨ, ਅਲੱਗ ਅਲੱਗ ਇਹ ਝੁੱਗੀਆਂ ਹਨ, ਉਹਨਾਂ ਝੁੱਗੀਆਂ ਦੇ ਵਿੱਚ ਇਹ ਲੰਗਰ ਜਿਹੜਾ ਹੈ ਲੈ ਕੇ ਆਏ ਹਨ। ਪਿਛਲੇ ਦਿਨੀ ਜਿਹੜਾ ਕੁਦਰਤ ਵੱਲੋਂ ਸੰਸਾਰ ਦੇ ਵਿੱਚ ਲੱਗਿਆ ਹੋਇਆ ਵਾ ਕਰੋਨਾ, ਉਹਦੇ ਸੰਬੰਧ ਵਿੱਚ ਸਮੁੱਚੀ ਮਨੁੱਖਤਾ ਨੂੰ ਲੋਕਡਾਊਨ ਕੀਤਾ ਹੋਇਆ ਆਪਣੇ ਹਿੰਦੁਸਤਾਨ ਨੇ, ਪੰਜਾਬ ਗੌਰਮੈਂਟ ਨੇ। ਸੋ ਅਸੀਂ ਅੱਜ ਫਿਰ ਦੂਸਰੇ ਦਿਨ, ਮੈਂ ਸੂਬਾ ਪ੍ਰਧਾਨ ਸੁਖਨੰਦਨ ਸਿੰਘ ਮਹਿਣੀਆ, ਵਾਟਰ ਸਪਲਾਈ ਯੂਨੀਅਨ, ਮੇਰੇ ਪਿੰਡ ਦੀ ਸੰਗਤ ਜਿਹੜੀ ਆ ਮਹਿਣੀਆ ਬ੍ਰਾਹਮਣਾਂ ਦੇ, ਉਹਨਾਂ ਨੇ ਇਹ ਕਿਹਾ ਸੀ ਕਿ ਤੁਸੀਂ ਉਪਰਾਲਾ ਕਰੋ ਅਤੇ ਅਸੀਂ ਤੁਹਾਨੂੰ ਲੰਗਰ ਪਹੁੰਚਾ ਦਿੰਦੇ ਹਾਂ, ਤੁਸੀਂ ਸ਼ਹਿਰ ਜਾ ਕੇ ਜਿਹੜੇ ਗਰੀਬ ਲੋਕ ਨੇ। ਸੋ ਉਸ ਉਪਰਾਲੇ ਵਜੋਂ ਅਸੀਂ ਦੂਸਰੇ ਦਿਨ ਅਸੀਂ ਫਿਰ ਲੰਗਰ ਲੈ ਕੇ ਆਏ ਹਾਂ, ਲੰਗਰ ਬਿਲਕੁਲ ਪੱਕ ਕੇ ਤਿਆਰ ਆ, ਪੈਕਿੰਗ ਕੀਤੀ ਹੋਈ ਆ। ਔਰ ਅਸੀਂ ਇਹਨਾਂ ਨੂੰ ਇਹ ਵੀ ਬੇਨਤੀ ਕਰ ਰਹੇ ਹਾਂ ਵੀ ਥੋੜ੍ਹਾ ਥੋੜ੍ਹਾ ਦੂਰ ਰਹਿ ਕੇ, ਦਿਨ ਥੋੜ੍ਹੇ ਆ ਕਿ ਇੱਦਾਂ ਸਬਰ ਕੀਤਾ ਹੋਰ ਕਰ ਲਓ। ਔਰ ਉੱਥੇ ਸਰਕਾਰ ਨਹੀਂ ਪਹੁੰਚ ਸਕਦੀ, ਉੱਥੇ ਸਾਡੀ ਸੰਸਥਾ ਜਿਹੜੀ ਆ ਪਹੁੰਚਣ ਦਾ ਯਤਨ ਕਰ ਰਹੀ ਆ, ਅਤੇ ਜਿੱਥੇ ਅਸੀਂ ਸਰਕਾਰੀ ਮੁਲਾਜ਼ਮ ਹਾਂ ਉੱਥੇ ਨਾਲ ਦੀ ਨਾਲ ਸਾਡੀ ਇਹ ਵੀ ਡਿਊਟੀ ਬਣਦੀ ਆ ਕਿ ਅਸੀਂ ਮਨੁੱਖਤਾ ਦੀ ਸੇਵਾ ਵੀ ਕਰੀਏ। ਸੋ ਇਹ ਮਨੁੱਖਤਾ ਦੀ ਸੇਵਾ ਲਈ ਬੜਾ ਵੱਡਾ ਕਦਮ ਆ ਜਿਹੜਾ ਅਸੀਂ ਕਰ ਰਹੇ ਹਾਂ, ਮਨੁੱਖਤਾ ਦੀ ਸੇਵਾ ਲਈ ਅਸੀਂ ਬੜਾ ਵੱਡਾ ਕਦਮ ਚੁੱਕਿਆ ਵਾ, ਅਤੇ ਕੱਲ੍ਹ ਵੀ ਅਸੀਂ ਆਏ, ਅੱਜ ਵੀ ਲਗਾਤਾਰ ਸਾਡੀ ਲਗਾਤਾਰ ਇਹ ਕੋਸ਼ਿਸ਼ ਹੈ ਵੀ ਜਿੰਨੇ ਦਿਨ ਲੋਕਡਾਊਨ ਆ ਲੰਗਰ ਪਕਾ ਕੇ ਅਤੇ ਸੰਗਤਾਂ ਨੂੰ ਵਰਤਾਇਆ ਜਾਵੇ। ਸੋ ਅੱਜ ਮੇਰੀ ਨਾਲ ਜਥੇਬੰਦੀ ਦੇ ਚੇਅਰਮੈਨ ਅਸ਼ਵਨੀ ਜੀ, ਨਾਲ ਪ੍ਰੈਸ ਕਤਰ ਨੇ ਮੇਰੇ ਚਾਵਲਾ ਜੀ, ਉਹ ਨਾਲ ਅਸ਼ਵਨੀ ਜੀ ਮੇਰੇ ਐਸ਼ੀਅਰ ਨੇ, ਬੇਰੀ ਜੀ ਜ਼ਿਲ੍ਹੇ ਦੇ ਆਗੂ ਨੇ, ਹੋਰ ਵੀ ਮੇਰੇ ਪਿੰਡ ਦੇ ਭਗਵਾਨ ਸੱਜਣ ਜਿਹੜੇ ਜਿਨ੍ਹਾਂ ਨੇ ਲੰਗਰ ਪਕਾ ਕੇ ਭੇਜਿਆ, ਗੁਰਜੀਤ ਸਿੰਘ ਜੀ ਜੇਈ ਸਾਡੇ ਦਸਾਂ ਸਿੰਘ ਪੰਜਾਬ ਪੁਲਿਸ, ਇਸ ਤਰ੍ਹਾਂ ਲਾਡੀ ਪੰਜਾਬ ਪੁਲਿਸ, ਹੋਰ ਵੀ ਹਜ਼ਾਰੂ ਜਿਹੜੇ ਜਿਨ੍ਹਾਂ ਨੇ ਸੇਵਾ 'ਚ ਹਿੱਸਾ ਪਾਇਆ। ਸੋ ਮੈਂ ਸੁਖਦੇਵ ਸਿੰਘ ਜੀ ਸਰਪੰਚ, ਹੋਰ ਵੀ ਜਿੰਨੇ ਵੀ ਬੰਦੇ ਨੇ ਸਾਰੇ ਨਗਰ ਦੇ ਵੱਧ ਚੜ੍ਹ ਕੇ ਆ ਰਹੇ ਹਾਂ, ਅਤੇ ਉਹ ਮੈਨੂੰ ਕਹਿ ਰਿਹਾ ਵੀ ਤੁਸੀਂ ਇਹ ਸੇਵਾ ਕਰੀ ਕਿ ਰੱਖਦੇ ਹਾਂ, ਕੱਲ੍ਹ ਨੂੰ ਸਾਡੇ ਪਿੰਡ ਦਾ ਸੇਵਾ ਇੱਕ ਬਾਹਰ ਐੱਨ ਆਈ ਆਰ ਅਨੂਪ ਸਿੰਘ, ਉਹਨੇ ਸੇਵਾ ਲਈ ਹੈ ਵੀ ਮੈਂ ਨਗਰ ਪ੍ਰਧਾਨ ਦੇ ਪਿੰਡ, ਇਸ ਤਰ੍ਹਾਂ ਰੋਜ਼ ਇਹ ਨਿਰੰਤਰ ਜਾਰੀ ਚੱਲੀ। ਸਾਡੇ ਨਾਲ ਜੇਈ ਨੇ ਸਾਡੇ ਡਿਪਾਰਟਮੈਂਟ ਦੇ ਕੁਲਵੰਤ ਸਿੰਘ ਜੀ ਵੀ ਖੜ੍ਹੇ ਨੇ, ਰਾਜ ਜੀ ਸਾਡੇ ਆਏ ਨੇ, ਪ੍ਰਧਾਨ ਨੇ, ਹੋਰ ਵੀ ਸਾਡੇ ਜਿੰਨੀਆਂ ਸੰਗਤਾਂ ਨੇ ਬੜੇ ਪੂਰੇ ਮਤਲਬ ਤਨਦੇਹੀ ਦੇ ਨਾਲ ਸੇਵਾ ਦੇ ਹਿੱਸਾ ਪਾ ਰਹੀਆਂ, ਕਿ ਅਸੀਂ ਚਾਹੁੰਦੇ ਹਾਂ ਵੀ ਮਨੁੱਖਤਾ ਦੀ ਸੇਵਾ ਹੋਵੇ, ਅਸੀਂ ਉੱਥੇ ਮਨੁੱਖਤਾ ਦਾ ਹਾਲ ਅਤੇ ਇੱਦਾਂ ਦਾ ਪ੍ਰਸ਼ਾਦਨ ਮਿਲਿਆ, ਅਸੀਂ ਅੰਦਰ ਵੀ ਦੇਖ ਕੇ ਆਏ ਹਾਂ, ਅੰਦਰ ਵੀ ਅਸੀਂ ਦੇਖ ਕੇ ਆਏ ਹਾਂ ਵੀ ਅੰਦਰ ਵੀ ਇਹਨਾਂ ਦਾ ਹਾਲ ਬੜਾ ਮਾੜਾ। ਸੋ ਹੁਣ ਅਸੀਂ ਲੰਗਰ ਜਿਹੜਾ ਆਵਾਂਗੇ, ਜਿਹੜੀਆਂ ਲੜੀ ਅਸੀਂ ਜਾਰੀ ਰੱਖਾਂਗੇ। ਵਾਹਿਗੁਰੂ ਜੀ ਕਾ ਖਾਲਸਾ।